ਮੈਨੂੰ 10-11 ਸਾਲ ਹੋ ਗਏ ਰਾਈਡਿੰਗ ਕਰਦੇ ਹੋਏ, ਅਤੇ ਇਹ ਘੋੜੇ ਅਸੀਂ ਨਵੇਂ ਲਿੱਤੇ ਸੀਗੇ। ਇਹ ਜਰਮਨੀ ਦੀ ਨਸਲ ਆ, ਇਹਨਾਂ ਨੂੰ ਵੋਮਲਟ ਕਹਿੰਦੇ ਨੇ, ਅਤੇ ਇਹ ਨਸਲ ਸਿਰਫ ਜੰਪਿੰਗ ਵਾਸਤੇ ਪੈਦਾਇਸ਼ ਹੁੰਦੀ ਹੈ ਇਹ ਘੋੜੇ। ਅਤੇ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ। ਇੱਥੇ ਘੋੜਿਆਂ ਦਾ ਚਾਕਾ ਵੀ ਖੁੱਲ੍ਹ ਜਾਂਦਾ ਕਿਉਂਕਿ ਕਈ ਤਰ੍ਹਾਂ ਤਰ੍ਹਾਂ ਦੇ ਸ਼ੋਅ ਹੋ ਰਹੇ ਨੇ। ਘੋੜਿਆਂ ਵਾਸਤੇ ਬਹੁਤ ਵਧੀਆ ਸਕੂਲਿੰਗ ਹੈ, ਅਤੇ ਮੈਨੂੰ ਲੱਗਦਾ ਪੰਜਾਬ ਪੁਲਿਸ ਨੇ ਅਤੇ ਸਰਕਾਰ ਨੇ ਬਹੁਤ ਵਧੀਆ ਇੱਥੇ ਪਸ਼ੂਆਂ ਦਾ ਮੇਲਾ ਕਰਾਇਆ। ਇੰਡੀਆ ਭਾਰਤ ਸਰਕਾਰ ਦੀ ਇੱਕ ਬਹੁਤ, ਤੁਸੀਂ ਰਾਈਡਰਾਂ ਦੀ ਬਦਕਿਸਮਤੀ ਵੀ ਸਮਝ ਸਕਦੇ ਹੋ ਕਿ ਆਪਾਂ ਆਪਣੇ ਘੋੜੇ ਬਾਹਰ ਨਹੀਂ ਲੈ ਕੇ ਜਾ ਸਕਦੇ ਕੰਪਟੀਸ਼ਨ ਖੇਡਣ ਵਾਸਤੇ। ਕੁਆਰੰਟੀਨ ਦੇ ਰੂਲਸ ਨੇ ਇੰਡੀਆ 'ਚ, ਅਤੇ ਆਪਣੇ ਘੋੜੇ ਬਾਹਰ ਨਹੀਂ ਜਾ ਸਕਦੇ, ਪਰ ਬਾਹਰੋਂ ਘੋੜੇ ਆਪਾਂ ਇੱਥੇ ਇੰਪੋਰਟ ਕਰ ਸਕਦੇ ਨੇ, ਅਤੇ ਬਾਹਰਲੇ ਘੋੜੇ ਇੱਥੇ ਆ ਕੇ ਗੇਮ ਖੇਡ ਸਕਦੇ ਨੇ। ਜੇ ਬਾਹਰ ਜਾ ਕੇ ਰਾਈਡਰ ਨੂੰ ਪਹਿਲਾਂ ਏਸ਼ੀਅਨ ਗੇਮਸ ਲਈ ਕੁਆਲੀਫਾਈ ਕਰਨਾ ਪੈਂਦਾ, ਫਿਰ ਉੱਥੇ ਜਾ ਕੇ ਘੋੜਾ ਹਾਇਰ ਕਰਨਾ ਪੈਂਦਾ, ਅਤੇ ਉੱਥੇ ਉੱਦਾਂ ਗੇਮਾਂ ਖੇਡੀਆਂ ਦੀਆਂ, ਪਰ ਪ੍ਰੈਕਟਿਸ ਕਰਨ ਨੂੰ ਚਾਹੀਦਾ ਬਾਹਰ। ਕਿੰਨੀ ਕੁ ਮਿਹਨਤ ਜੇ ਕਹਿ ਲਈਏ ਇਸ ਚੀਜ਼ ਨੂੰ ਲਾਇਆ ਕਿ ਘੋੜੇ ਦੀ ਜਾਂ ਰਾਈਡਰ ਦੀ ਕਿੰਨੀ ਕੁ ਮਿਹਨਤ ਲੱਗਦੀ ਹੈ? ਘੋੜਿਆਂ 'ਚ ਤਾਂ ਦਿਨ ਰਾਤ ਦੀ ਮਿਹਨਤ ਹੁੰਦੀ ਹੈ, ਸਭ ਤੋਂ ਜ਼ਿਆਦਾ ਇਹਨਾਂ ਦੀ ਮਿਹਨਤ ਹੁੰਦੀ ਹੈ, ਇਹ ਸਾਂਭਦੇ ਨੇ ਘੋੜਿਆਂ ਨੂੰ। ਐਂਡ ਟ੍ਰੇਨਿੰਗ 'ਚ ਬਹੁਤ ਮਿਹਨਤ ਲੱਗਦੀ ਹੈ, ਇਹਨਾਂ ਦਾ ਦਾਣਾ ਪਾਣੀ। ਇਹ ਘੋੜੇ ਬਹੁਤ ਸੈਂਸਿਟਿਵ ਜਾਨਵਰ ਨੇ, ਛੋਟੀ ਜਿਹੀ ਚੀਜ਼ਾਂ 'ਤੇ ਇਹਨਾਂ ਨੂੰ ਬਿਮਾਰੀਆਂ ਹੋ ਜਾਂਦੀਆਂ, ਸੋ ਮਿਹਨਤ ਇਹਨਾਂ 'ਚ ਪੂਰੀ ਸਾਲ ਲੱਗਦੀ ਹੈ, ਮਿਹਨਤ ਟ੍ਰੇਨਿੰਗ 'ਚ ਵੀ, ਇਹਨਾਂ ਨੂੰ ਸਾਂਭਣ 'ਚ ਵੀ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕਿ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਇੰਡੀਆ ਦੇ ਵਿੱਚ ਇਸ ਤਰੀਕੇ ਦੀ ਗੇਮ ਨੂੰ ਓਨਾ ਹੀ ਰਿਸਪੋਂਸ ਜਾਂ ਓਨੀ ਬੈਕ ਮਿਲਦੀ ਹੈ ਲੱਗਦਾ ਤੁਹਾਨੂੰ? ਕਈ ਸਾਲਾਂ ਲਈ ਜਿਹੜੀ ਸ਼ੋਅ ਜੰਪਿੰਗ ਅਤੇ ਇਹ ਇਕੁਐਸਟ੍ਰੀਅਨ ਸਪੋਰਟਸ ਹੈ, ਉਹ ਆਰਮੀ ਦੇ ਕਬਜ਼ੇ 'ਚ ਸੀਗੀ ਅਤੇ ਆਰਮੀ ਕੰਟਰੋਲ ਕਰਦੀ ਸੀਗੀ। ਹੁਣ ਪਿਛਲੇ 10-15 ਸਾਲਾਂ 'ਚ ਸਿਵਿਲੀਅਨਸ ਬਹੁਤ ਇਸ ਗੇਮ 'ਚ ਇੰਟਰਸਟ ਲੈਣ ਲੱਗੇ ਨੇ। ਸਿਵਿਲੀਅਨਸ ਨੇ ਬਹੁਤ ਸਾਰੇ ਵਧੀਆ ਸਾਂਡ ਬਾਹਰੋਂ ਇੰਪੋਰਟ ਕੀਤੇ ਨੇ, ਇੱਥੇ ਵੀ ਬਰੀਡਿੰਗ ਕੀਤੀ ਹੈ ਬਹੁਤ ਵਧੀਆ। 11 ਸਾਲ ਦਾ ਤੁਹਾਡਾ ਤਜਰਬਾ, ਨਵੀਂ ਜਨਰੇਸ਼ਨ ਨੂੰ ਜਿਹੜੀ ਗੇਮਾਂ ਨਾਲ ਜੁੜਨਾ ਚਾਹੁੰਦੀ ਹੈ, ਇਸ ਰਾਈਡਿੰਗ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਮੈਨੂੰ ਲੱਗਦਾ ਮੇਰੇ ਲਈ ਤਾਂ ਘੋੜਸਵਾਰੀ ਇੱਕ ਨਸ਼ਾ, ਅਤੇ ਮੈਂ ਤਾਂ ਸਾਰੇ ਯੰਗਸਟਰਸ ਨੂੰ ਕਹਾਂਗਾ ਅਤੇ ਸਾਰੇ ਯੂਥ ਨੂੰ ਕਹਾਂਗਾ ਕਿ ਇਹ ਇੱਕ ਬਹੁਤ ਵਧੀਆ ਖੇਡ ਹੈ, ਇਹਦੇ ਨਾਲ ਘੋੜਿਆਂ ਨਾਲ ਅਤੇ ਜਾਨਵਰਾਂ ਨਾਲ ਇੱਕ ਰਿਸ਼ਤਾ ਬਣਦਾ, ਅਤੇ ਉਹੀ ਰਿਸ਼ਤਾ ਗੇਮ 'ਚ ਵੀ ਕੰਮ ਆਉਂਦਾ। ਜੇ ਤੁਹਾਡਾ ਘੋੜੇ ਨਾਲ ਤਾਲਮੇਲ ਨਾ ਹੋਵੇ ਤਾਂ ਗੇਮ ਖੇਡਣੀ ਬਹੁਤ ਔਖੀ ਹੈ। ਸਰ, ਮੈਨੂੰ 3 ਸਾਲ ਹੋ ਗਏ ਭਰਤੀ ਹੋਈ, ਮੈਂ ਪੰਜਾਬ ਅਤੇ ਗੁੜਗਾਮ ਆਲ ਇੰਡੀਆ ਪੁਲਿਸ ਮੀਟ 'ਤੇ ਇਸ ਘੋੜੀ 'ਤੇ ਮੈਂ ਟੋਪ ਸਕੋਰ 'ਚ ਗੋਲਡ ਮੈਡਲਿਸਟ ਲਿਆ ਨੈਸ਼ਨਲ ਬੇਸ 'ਤੇ, ਅਤੇ ਅੱਜ ਇਸਦਾ ਇੱਕ ਸਿਲਵਰ ਅਤੇ ਗੋਲਡ ਮੈਡਲ ਆ ਸ਼ੋਅ ਜੰਪਿੰਗ ਓਪਨ ਦੇ ਵਿੱਚ। ਕਿੰਨੀ ਕੁ ਮਿਹਨਤ ਕਰਨੀ ਪੈਂਦੀ ਰੋਜ਼ਾਨਾ ਅਗਰ ਇਸ ਲੈਵਲ 'ਤੇ ਜਾਣਾ ਹੋਵੇ? ਸਰ, ਇਸ ਲੈਵਲ 'ਤੇ ਜਾਣ ਲਈ ਸੁਬਹ ਸ਼ਾਮ ਮਿਹਨਤ ਤਾਂ ਕਰਨੀ ਪੈਂਦੀ ਹੈ, ਅਕਸਰ ਜੇ ਕੋਈ ਬੰਨ ਤਾਂ ਉਹਦੇ ਲਈ ਮਿਹਨਤ ਬਹੁਤ ਜ਼ਰੂਰੀ ਹੈ, ਅਤੇ ਜੋ ਸਾਡੇ ਕੋਚ ਸਰਵਾਨ ਕਰਾ ਰਹੇ ਆ ਅਸੀਂ ਡੇਲੀ ਉਹੀ ਮਿਹਨਤ ਕਰਦੇ ਹਾਂ। ਕੀ ਰੂਟੀਨ ਰਹਿੰਦੀ ਫਿਰ ਤੁਹਾਡੀ ਰੋਜ਼ਾਨਾ ਘੋੜੇ ਨਾਲ? ਸੁਬਹ ਸ਼ਾਮ 2 ਟਾਈਮ ਕੰਮ ਦੇਈਦਾ ਘੋੜੇ ਨੂੰ, ਦੁਪਹਿਰਾਂ ਨੂੰ ਇਹਨਾਂ ਦੀ ਖੁਰਾਕ ਦੇਈਦੀ ਹੈ, ਅਤੇ ਜਿਹਦੇ ਕਰਕੇ ਵੀ ਚੰਗੀ ਪਰਫੋਰਮੈਂਸ ਕਰ ਸਕੇ। ਖੁਰਾਕ ਸਾਨੂੰ 5.5 ਕਿਲੋ ਡਾਇਟ ਮਿਲਦੀ ਹੈ ਜੀ, ਕਿਲੋ ਚਣੇ, ਕਿਲੋ ਜਮੀ, 1.5 ਕਿਲੋ ਚੋਕਰ ਅਤੇ ਕਿਲੋ ਛੋਟੇ। ਨਹੀਂ, ਰਾਈਡਰ ਵਾਸਤੇ ਨਹੀਂ, ਰਾਈਡਰ ਵਾਸਤੇ ਬਸ ਸਿੰਪਲ ਪੇ ਮਿਲਦੀ ਜੋ ਆਪਣੀ ਤਨਖਾਹ ਮਿਲ। ਕੋਈ ਸਰਕਾਰੀ ਤੌਰ 'ਤੇ ਕੁਛ ਨਹੀਂ ਮਿਲਦਾ ਤੁਹਾਨੂੰ? ਨਹੀਂ, ਬੈਨੀਫਿਟ ਮਿਲਦਾ ਹੀ ਸਾਨੂੰ ਨੈਸ਼ਨਲ ਬੇਸ 'ਤੇ ਜੇ ਮੈਡਲ ਹੁੰਦੇ, ਸਾਡੇ 40 ਨੰਬਰ ਅਕਾਊਂਟ ਹੁੰਦੇ ਗੋਲਡ ਦੇ, ਅਤੇ ਲੋਅਰ ਕਰਨ ਲਈ ਸਾਨੂੰ 50 ਨੰਬਰਾਂ ਦੀ ਜ਼ਰੂਰਤ ਆ। ਇਹ ਸਾਨੂੰ ਬਹੁਤ ਵੱਡਾ ਬੈਨੀਫਿਟ ਆ ਸਰਕਾਰ ਵੱਲੋਂ ਕਿ ਅਸੀਂ ਸਪੋਰਟਸ ਕਰਦੇ ਹਾਂ, ਇਹਦੇ ਕਰਕੇ ਸਾਡਾ ਗ੍ਰੇਡ ਰੈਂਕ ਅਪ ਹੁੰਦਾ। ਨਵੀਂ ਜਨਰੇਸ਼ਨ ਨੂੰ ਇਹੀ ਹੈ ਜੀ, ਇੱਕ ਤਾਂ ਸਭ ਤੋਂ ਵੱਡਾ ਇਹ ਸ਼ੌਂਕ ਬਹੁਤ ਵਧੀਆ, ਬੰਦਾ ਨਸ਼ਿਆਂ ਤੋਂ ਰਹਿਤ ਰਹਿੰਦਾ, ਘੋੜਿਆਂ ਨਾਲ ਪਿਆਰ, ਜਾਨਵਰਾਂ ਨਾਲ ਪਿਆਰ ਰਹਿੰਦਾ। ਮਿਹਨਤ ਕਰੋ, ਨਸ਼ੇ ਤੋਂ ਬੰਦਾ ਹਮੇਸ਼ਾ ਦੂਰ ਰਹਿੰਦਾ। ਸਟਰਗਲ ਅੱਜ ਕੱਲ੍ਹ ਜ਼ਿੰਦਗੀ 'ਚ, ਜੋ ਵੱਧ ਕਰ ਲਓ ਕਾਮਯਾਬ ਹੋ ਜੂਗਾ, ਬਾਕੀ ਇਸ ਦੌੜ 'ਚ ਤਾਂ ਹਰ ਕੋਈ ਭੱਜੇ ਰਹਿੰਦਾ, ਪਰ ਸਟਰਗਲ ਵਾਲੇ ਨੂੰ ਜ਼ਰੂਰ